विसरे ना विसरे जिना ना विसरे ना देखने देख ना जानो जिसनु मने आप सोई मानिए प्रगट पुरख परवान सब ठाई जानी दिन सुरे संभाले नानक की नोचा नानक की लोचा पूर सच्चे पात जिन्ना ना विसरे विसरे जिन्ना ना विसरे विसरे ना विसरे जिना ना विसरे ना देखने फिर न जानो साईं जे फिर न जानो साईं जे साईं जे ना विसरे जिन्ना ना विसरे ना सेक ले तेज ना जानो वो साई जे आप गुरु नानक कहायो गुरु नानक देव जी नू जिन्ना ने निरंकार करके परमेश्वर करके मन्या ओही रूप हो गए बाबा जी दे नाल सेवक जिंदी जिन्हें पछाण लिया बाबा जी ने बाबा ईश्वर सिंह महाराज नू ओ पुछन लगा भी जिन्ना दे तुसी नाल मिलदे हो जिन्ना दे नाल फिरदे हो ये कौन ने पता तुहानू केंद्र जी बाबा ईश्वर सिंह महाराज कलेरां वाले केंद्र पोलियो ए आप गुरु साहब दा रूप ने आपने बाणा ही संतां वाला पाया है ओही ने
ਬਾਬਾ ਜੀ ਕਹਿੰਦੇ ਆਦਿ ਸੱਚ, ਪਰਮਾਤਮਾ ਕਿੱਥੇ ਆ? ਆਦਿ ਵਿੱਚ ਸੱਚ, ਜੁਗਾਦ ਸੱਚ, ਯੁਗਾਂ ਚ ਸੱਚ ਹੈ ਵੀ ਕਹਿੰਦੇ ਜੀ ਜੇ ਹੈ ਵੀ ਤੇ ਫਿਰ ਦਿਖਾਓ, ਕਹਿੰਦੇ ਹੋ ਸੀ ਉਹ ਬੈਠਾ। ਕਹਿੰਦੇ ਬਾਬਾ ਜੀ ਕਹਿੰਦੇ ਹੈ ਵੀ ਸੱਚ, ਜੇ ਹੈ ਵੀ ਸੱਚ ਇਹ ਕਹਿੰਦੇ ਦਿਖਾਓ, ਕਹਿੰਦੇ ਹੋ ਸੀ ਉਹ ਬੈਠਾ ਸਾਹਮਣੇ। ਸੱਚ ਨਾਨਕ ਹੋ ਸੀ ਵੀ ਸੱਚ ਹੋ, ਬਾਬਾ ਜੀ ਨੇ ਅਰਥ ਕੀਤੇ ਹੋ ਸੀ, ਆਪਾਂ ਜਿਵੇਂ ਕਹਿਣਾ ਹੋ ਸੀ ਜਿਹਨੂੰ ਪਾਸ ਦੇ ਹੋਈਏ। ਮਹਾਂਪੁਰਖਾਂ ਨੇ ਅਰਥ ਕੀਤੇ ਹੈ ਤਾਂ ਇਹਦਾ ਅਰਥ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੱਚ ਹੈ, ਪਰ ਬਾਬਾ ਜੀ ਕਹਿੰਦੇ ਉਹ ਬੈਠਾ ਸਾਹਮਣੇ। ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਥੋੜ੍ਹਾ ਮੰਨੀ ਬੈਠੇ ਆ, ਕਹਿਣ ਮੁਤਾਬਕ ਹੀ ਇਹ ਗ੍ਰੰਥ ਬਣਾ ਕੇ ਘਸੀਟੀ ਫਿਰਦੇ ਆ। ਪ੍ਰਕਾਸ਼ ਕਰ ਲਓ ਬਰਾਜ, ਡਰ ਤਾਂ ਹੈ ਹੀ ਨਹੀਂ ਨਾ। ਕਈ ਗ੍ਰੰਥੀ ਰਾਗੀ ਪ੍ਰਚਾਰਕ ਵੀ ਰੋਲਾ ਪਾਉਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ, ਗੁਰੂ ਗ੍ਰੰਥ ਸਾਹਿਬ ਹੀ ਰੱਬ ਹੈ, ਗੁਰੂ ਗ੍ਰੰਥ ਸਾਹਿਬ ਹੀ ਮੰਨਦੇ ਨਹੀਂ, ਸਾਨੂੰ ਕਹਿੰਦੇ ਆ। ਜੇ ਇਹ ਗੱਲਾਂ ਮੰਨ ਲੈਣ ਤੇ ਭਟਕਣਾ ਹੀ ਖਤਮ ਹੋ ਜਾਣ, ਸਮਾਧੀਆਂ ਹੀ ਜੁੜ ਜਾਣ। ਜਿਨ੍ਹਾਂ ਲਈ ਰੱਬ ਪ੍ਰਤੱਖ ਹੋ ਗਿਆ ਹੈ ਉਹਨਾਂ ਦੀਆਂ ਮਨੋਰਥ ਹੀ ਪੂਰੇ ਹੋ ਗਏ। ਗੱਲਾਂ ਕਰਦੇ ਪ੍ਰਤੱਖ ਦੀਆਂ, ਪ੍ਰਗਟ ਦੀਆਂ ਕਿ ਸੱਚ ਵੱਡਾ ਗੁਰੂ ਹੈ, ਪ੍ਰਤੱਖ ਗੁਰੂ ਹੈ, ਦਸਾਂ ਗੁਰੂਆਂ ਦਾ ਰੂਪ ਹੈ, ਪਰ ਅਜੇ ਮੰਨਿਆ ਨਹੀਂ ਗਾ। ਗੁਰੂ ਸਾਹਿਬ ਦਾ ਡਰ ਨਹੀਂ ਕਰਦੇ, ਫਿਰ ਜੇ ਸਮਝਣ ਫਿਰ ਡਰਨ ਵੀ, ਭੈ ਵੀ ਕਰਨ। ਜੇ ਸਮਝਣ ਫਿਰ ਕਦੀ ਵੀ ਕੋਈ ਗਲਤੀ ਨਾ ਕਰਨ ਕਿ ਮਾਲਕ ਮੇਰਾ ਤਾਂ ਦੇਖ ਰਿਹਾ ਹੈ। ਗਲਤੀਆਂ ਉਹ ਕਰੇਗਾ ਜਿਹੜਾ ਮਾਲਕ ਤੋਂ ਉਹਲੇ ਹੋ ਕੇ। ਜਿੰਦਾ ਮਾਲਕ ਸਾਹਮਣੇ ਆ, ਕਹਿਣਾ ਹੀ ਇਹ ਸਾਡਾ। ਕਈ ਬਹੁਤ ਬਹੁਤ ਪ੍ਰਚਾਰ ਕਰਦੇ ਆ, ਨਾ ਹੁਕਮਨਾਮਾ ਲੈਣਾ, ਨਾ ਬਰਾਜਮਾਨ ਕਰਨੇ, ਨਾ ਪ੍ਰਕਾਸ਼ ਕਰਨੇ, ਨਾ ਭੋਗ ਲਵਾਉਣਾ, ਨਾ ਵਸਤਰ ਪਵਾਉਣੀ। ਅਸੀਂ ਜਿਹਨਾਂ ਮਹਾਂਪੁਰਸ਼ਾਂ ਕੋਲ ਰਹੇ ਹਾਂ ਉਹ ਕਹਿੰਦੇ ਸੀ ਇਹ ਗੁਰੂ ਨਾਨਕ ਸਾਹਿਬ ਹੈ। ਕੀਰਤਨ ਸੋਲਾ ਕਰੀਦਾ 5-7 ਮਿੰਟਾਂ ਵਿੱਚ, ਉਹ ਡੇਢ ਘੰਟਾ ਹੀ ਕੀਰਤਨ ਸੋਲੇ ਤੋਂ ਬਾਅਦ ਬਾਹਰ ਨਹੀਂ ਨਿਕਲਦੇ ਸੀ। ਕੀ ਕਰਦੇ ਸੀ? ਗੁਰੂ ਸਾਹਿਬ ਨੂੰ ਮੁੱਠੀਆਂ ਹੀ ਭਰੀ ਜਾਂਦੇ ਸੀ, ਸੇਵਾ ਕਰੀ ਜਾਂਦੇ ਸੀ। ਕਦੀ ਭੋਗ ਲਵਾਉਣ ਦੇ ਵਿੱਚ ਢਿੱਲ ਨਹੀਂ। ਪ੍ਰਕਾਸ਼ ਕਰਨਾ ਹੈ, ਰੁਮਾਲਾ ਦੇਣਾ ਹੈ, ਵਧੀਆ ਤੋਂ ਵਧੀਆ ਰੁਮਾਲਿਆ ਤੇ ਨਿਗਾਹ ਗੁਰੂ ਸਾਹਿਬ ਤੇ ਦੇ। ਜਦੋਂ ਗੁਰੂ ਸਾਹਿਬ ਦੇ ਅੰਗ ਲੱਗੇ ਚਿੱਟੇ ਬਸਤਰ, ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਚੋਲੀਆਂ ਕਿਹਨੂੰ ਕਹੀਦਾ, ਕਮਰ ਕੱਸੇ ਕੀ ਹੁੰਦੇ ਆ, ਰੁਮਾਲਿਆ ਜੀ ਬਰਾਜਮਾਨ ਕਰ ਦਿੰਦੇ ਆ। 6-6 ਮਹੀਨੇ ਕਮਰ ਕੱਸੇ ਧੋਂਦੇ ਹੀ ਨਹੀਂ, ਸਾਲ ਹੀ ਨਹੀਂ ਧੋਂਦੇ, ਕਈ ਤਾਂ ਪੱਕੇ ਹੀ ਨਹੀਂ ਧੋਂਦੇ। ਇੱਕ ਲਾਇਆ ਦੂਜਾ ਚੜਾਤਾ, ਉਹਨੂੰ ਪਾਸੇ ਰੱਖਦਾ। ਐਸੇ ਪਿਆਰ ਵਾਲੇ ਸੰਗੀ ਬਹੁਤ ਨੇ, ਰੋਜ਼ ਹੀ ਬਦਲਦੇ ਆ, ਰੋਜ਼ ਹੀ ਕਮਰ ਕੱਸੇ, ਗੁਰੂ ਸਾਹਿਬ ਦੀਆਂ ਪੜਕਾਂ, ਇਹ ਬਸਤਰ ਰੋਜ਼ ਹੀ ਬਦਲਦੇ, ਰੋਜ਼ ਹੀ ਨਵੇਂ ਪਾਉਂਦੇ। ਜਿਸ ਨੂੰ ਮੰਨੇ ਆਪ ਸੋਈ ਮਾਨੀਏ, ਪ੍ਰਗਟ ਪੁਰਖ ਪ੍ਰਤਾਪ ਸਭ ਥਾਈ ਜਾਣੀ। ਕਿਤੇ ਭੱਜਣ ਦੀ ਲੋੜ ਨਹੀਂ, ਕਿਤੇ ਦਿਖਾਉਣ ਦੀ ਲੋੜ ਨਹੀਂ, ਕਿਤੇ ਆਵਾਜ਼ ਦੇਣ ਦੀ ਲੋੜ ਨਹੀਂ। ਆਓ ਸਾਡੇ ਕੋਲ, ਆਓ ਤੁਹਾਨੂੰ ਗੁਰੂ ਨਾਲ ਜੋੜੀਏ।
ਬਸ ਆਪ ਜੁੜ ਜਾਓ, ਆਪ ਜੁੜ ਜਾਓ, ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਲੋਕ ਤੁਰੇ ਆਉਣਗੇ। ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਫਰਕ ਨਾ ਸਮਝਿਓ, ਕਹਿਣ ਲੱਗੇ ਉਹ ਗੁਰਮੁਖ ਕਹਿਣ ਲੱਗੇ ਉਹ ਜਿਨ੍ਹਾਂ ਦੇ ਨਾਲ ਫਿਰਦੇ ਹੋ ਇਹ ਕੌਣ ਨੇ? ਕਹਿੰਦੇ ਜੀ ਬਾਬਾ ਈਸ਼ਰ ਸਿੰਘ ਮਹਾਰਾਜ। ਕਹਿੰਦੇ ਭੋਲਿਓ, ਇਹ ਉਹੀ ਹੈ ਜਿਹੜੇ ਦਸ ਜਾਮਿਆਂ ਚ ਵਰਤੇ, ਇਹ ਉਹੀ ਨੇ ਜਿਹੜੇ ਸਾਜਗ ਦੁਆਪਰ ਤ੍ਰੇਤੇ ਵਿੱਚ ਵਰਤੇ। ਹੁਣ ਜਿਨ੍ਹਾਂ ਦੀ ਅੱਖ ਸੀ, ਲੋਕੀ ਕਹਿੰਦੇ ਸੀ ਰਾਮ ਹੋਰ ਏ, ਕ੍ਰਿਸ਼ਨ ਹੋਰ ਏ, ਵਿਸ਼ਨੂੰ ਭਗਵਾਨ ਹੋਰ ਨੇ, ਗੁਰੂ ਨਾਨਕ ਹੋਰ ਏ। ਜਿਨ੍ਹਾਂ ਦੀ ਅੱਖ ਉਹਨਾਂ ਨੇ ਕਿਹਾ ਸਤਯੁਗ ਤੈ ਮਹਾਣਿਓ। ਪੜ੍ਹੋ ਜੀ, ਛਲਿਓ ਬਲ ਬਾਵਣ ਪਾਇਓ, ਤ੍ਰੇਤੇ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਰਘੁਵੰਸ ਨਾਂ ਲਿਖਿਆ ਹੈ ਦਸ਼ਰਥ ਦੀ ਕੁੱਲ, ਰਾਮ ਚੰਦਰ ਦਾ ਨਾਮ ਲਿਆ ਹੈ। ਅਸੀਂ ਗਿਆਨੀ ਲੋਕ ਹੈ, ਨਹੀਂ ਜੀ ਉਹ ਤਾਂ ਰਾਮ ਹੋਰ ਹੈ, ਦਸ਼ਰਥ ਦਾ ਪੁੱਤਰ ਨਹੀਂ। ਇੱਥੇ ਕਿਹਾ ਹੈ ਤੂੰ ਤ੍ਰੇਤੇ ਯੁੱਗ ਵਿੱਚ ਉਹੀ ਰਾਮ ਦਸ਼ਰਥ ਦਾ ਪੁੱਤਰ ਰਘੂਪਤ ਕੁੱਲ ਰਘੁਵੰਸ ਵਾਲਾ ਸੀ ਤ੍ਰੇਤੇ ਵਿੱਚ। ਪੜ੍ਹੋ ਜੀ, ਸਤਯੁਗ ਤੈ ਮਾਣਿਓ, ਛਲਿਓ ਬਲ ਪਾਵਣ ਪਾਇਓ, ਤ੍ਰੇਤੇ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਪੈ ਭਗਤ ਜਨ ਦੀ, ਕਲ ਯੁਗ ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾ। ਸ੍ਰੀ ਗੁਰੂ ਰਾਜ ਅਬ ਚਲ ਅਟਲ, ਆਦਿ ਪੁਰਖ ਫੁਰਮਾਇਓ। ਸਤਯੁਗ ਵਿੱਚ ਸੀ ਤੁਸੀਂ, ਆਵਾਜ਼ ਪਾਈ ਜਾਂਦੀ ਕਰੋ ਥੋੜ੍ਹੀ ਜੀ, ਖਿੱਚੀ ਜੀ ਪਈ ਆਵਾਜ਼, ਐ ਮੈਕ ਦੀ ਗੱਲ। ਤੈ ਮਾਣਿਓ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਯੁਗ ਵਿੱਚ ਤੁਸੀਂ ਆਪ ਹੀ ਸੀ। ਸਤਯੁਗ ਤੈ ਮਾਣਿਓ, ਛਲਿਓ ਬਲ ਬਾਵਣ ਪਾਇਓ। ਬਲ ਰਾਜੇ ਨੂੰ ਛਲਣ ਵਾਲੇ ਸਤਯੁਗ ਦੇ ਵਿੱਚ ਤੁਸੀਂ ਆਪ ਸੀ। ਅੱਗੇ ਤ੍ਰੇਤੇ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਤ੍ਰੇਤੇ ਯੁੱਗ ਵਿੱਚ ਰਾਮ ਰਘੁਵੰਸ ਦੀ ਕੁੱਲ ਵਾਲੇ ਬਣ ਕੇ ਆਏ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਕਹਿੰਦੇ ਜੀ ਗੁਰੂ ਨਾਨਕ ਰੱਬ ਸੀ, ਕ੍ਰਿਸ਼ਨ ਭਗਵਾਨ ਦੀ ਨਿੰਦਿਆ ਕਰਦੇ ਆ ਕਿ ਸਿੱਖ ਹੋ ਗਏ, ਪਰ ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਮੰਨੇ ਜਾਣਗੇ। ਜੇ ਭਗਵਾਨ ਕ੍ਰਿਸ਼ਨ ਪ੍ਰਤੀ ਮਾੜਾ ਬੋਲਣਗੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਮੰਨੇ ਜਾਣਗੇ, ਉਹ ਤਾਂ ਫਿਰ ਆਪੂ ਬਣੇ ਹੋਏ ਸਿੱਖ ਨੇ, ਆਪੂ ਮਤੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਦੁਆਪਰ ਵਿੱਚ ਕ੍ਰਿਸ਼ਨ